ਤਾ ਇਸ ਤੋਂ ਬਾਅਦ ਮਿੰਟੂ ਜੀ ਜਿਹੜਾ ਪਾਈ ਹੈ ਜੀ ਬਲਕੌਰ ਸਿੰਘ ਸਿੱਧੂ ਉਹਨਾਂ ਦੇ ਪਰਿਵਾਰ ਤਾਂ ਉਹਨਾਂ ਦੇ ਘਰ ਬੱਚੇ ਨੇ ਜਨਮ ਲਿਆ ਤੋਂ ਬਾਅਦ ਜੋ ਰੌਲਾ ਰੱਪਾ ਹੋਇਆ ਉਹ ਸਾਰਾ ਆਪਾਂ ਦੇਖ ਹੀ ਲਿਆ ਜੀ ਤਾਂ ਉਸ ਤੋਂ ਬਾਅਦ ਆ ਕਿ ਕੱਲ ਆਈਟੀ ਟੀਮ ਇਹਨਾਂ ਦੇ ਲੱਗੀਆਂ ਕਿ ਜੇ ਆਹ ਦੇਖੋ ਜੀ ਕੇਂਦਰ ਵਾਲੇ ਨੇ ਭੇਜੋ ਵੀ ਆਪਾਂ ਗੱਲ ਕਰ ਹੀ ਲਈ ਸੀ ਅਲਮੋਸਟ ਤੇ ਉਸ ਤੋਂ ਬਾਅਦ ਫਿਰ ਕਹਿੰਦੇ ਕਿ ਜੀ ਜਿਹੜੇ ਸਿਹਤ ਵਿਭਾਗ ਦਾ ਉਹਦੇ ਵੱਡੇ ਅਫਸਰ ਨੇ ਕਿਹਾ ਕਹਿੰਦੇ ਕਿ ਜਯੋਜਿ ਸਾਬ ਸ਼ਰਮਾ ਅਜੋਜ ਸ਼ਰਮਾ ਜੀ ਅਜੋਜ ਹਾਂ ਉਹਨਾਂ ਨੂੰ ਕਹਿੰਦੇ ਕਿ ਬਈ ਇੱਕ ਸੀ ਇੱਕ ਨੋਟਿਸ ਕੱਢ ਦਿੱਤਾ ਵੈਸੇ ਮੈਂ ਤਾਂ ਕੱਲ ਵੀ ਫੋਨ ਬਲਾਇਆ ਸੀ ਉਹਨਾਂ ਨੇ ਫੋਨ ਚੁੱਕਿਆ ਨਹੀਂ ਜਦੋਂ ਮੈਂ ਗੱਲ ਕੀਤੀ ਇੱਕ ਵਾਰੀ ਫੋਨ ਚੁੱਕਿਆ ਫਿਰ ਹੈਲੋ ਮਲਾ ਕੇ ਵੇਖ ਲੈਣਾ ਸੀਗਾ ਚੁੱਕ ਤਾਂ ਹੋਣ ਨਹੀਂ ਚੁੱਕਦੇ ਅਗੇ ਕੱਲ ਹੀ ਨਹੀਂ ਚੁੱਕਿਆ ਫਿਰ ਉਹਨਾਂ ਦਾ ਤਾਂ ਆਪਦਾ ਹੀ ਟਾਈਮ ਚੁੱਕਿਆ ਗਿਆ ਮੇਰੇ ਖਿਆਲ ਨਾਲ ਜੀ 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 ਤਾਂ ਉਹਨਾਂ ਨਾਲ ਤਾਂ ਵਹਿ ਉਹ ਗਿਆ ਕੰਮ ਤੇ ਹੁਣ ਕੰਮ ਖਰਾਬਾ ਫਿਰ ਮੈਂ ਤਾਂ ਨੇ ਦੇਖਿਆ ਦਿਖਾਤੇ ਮੈਂ ਫਿਰ ਅੱਜ ਤੱਕ ਨਹੀਂ ਕਿਤੇ ਪੋਸਟ ਨਾ ਪੰਗੰਦੇ ਨੇ ਅ ਅੱਜ ਨਹੀਂ ਕਿਸੇ ਬਸੇ ਉਹ ਕੀਤਾ ਅੱਜ ਪਰ ਉਹ ਕੱਲ ਵਾਲੀਆਂ ਚੱਲੀਆਂ ਇੱਕ ਨੇ ਕੱਲ ਮੈਨੂੰ ਮਾਂ ਦੀ ਗਾਲ ਕੱਢ ਕੇ ਫੇਸਬੁੱਕ ਪੇਜ ਤੇ ਲਿਖਿਆ ਸੀਗਾ ਜੀ ਮੈਂ ਉਸ ਬੇਸ਼ਰਮ ਆਦਮੀ ਨੂੰ ਕਹੂੰਗਾ ਕਿ ਅੱਜ ਕਿਹੜੀ ਚੱਪਣੀ ਚ ਨੱਕ ਡੋਬ ਕੇ ਮਰੇਗਾ ਤੇਰੀ ਮਾਂ ਤੇ ਮੇਰੀ ਮਾਂ ਚਲੋ ਮੈਂ ਤੇਰੇ ਲੈਵਲ ਦਾ ਨਹੀਂ ਸੂਰ ਨੇ ਹਮੇਸ਼ਾ ਗੰਦਗੀ ਦੇ ਛੱਟੇ ਮਾਰਨੇ ਹੁੰਦੇ ਆ ਜੀ ਤੁਸੀਂ ਚਿੱਕੜ ਚ ਬੜੇ ਸੂਰ ਜੇ ਸੂਰ ਤੋਂ ਵੀ ਗਏ ਗੁਜ਼ਰੇ ਜੇ ਜੀ ਮਾਂ ਦੀ ਗਾਲ ਕੱਢ ਕੇ ਬਈ ਕੀ ਤੂੰ ਸਾਬਤ ਕਰ ਲਵੇਂਗਾ ਸੂਰ ਮੈਂ ਤੋਂ ਕਿਤੇ ਸਾਹਮਣੇ ਆ ਕਿਸੇ ਦੇ ਗਾਲ ਕੱਢੀ ਫਿਰ ਤੈਨੂੰ ਪਤਾ ਲੱਗ ਜਾ ਜੀ ਆਈਡੀ ਬਣਾਈ ਬੈਠਾ ਸਿੰਘ ਦੇ ਨਾਮ ਤੇ ਡੁੱਬ ਕੇ ਮਰ ਜਾ ਅੱਜ ਅੱਜ ਤੁਹਾਡਾ ਨੱਕ ਵੱਡਦਾ ਉਹਨਾਂ ਨੇ ਇਹ ਨੋਟਸ ਨਹੀਂ ਇਹ ਤੁਹਾਡਾ ਨੱਕ ਵੱਡਣ ਵਾਲਾ ਆਰਾ ਆ ਇਥੇ ਇੱਕ ਮਲੂੜ ਦਾ ਵੀ ਨੇਤਾ ਪਾਈ ਫਿਰਦਾ ਸੀ ਐਡੀ ਪੋਸਟ ਕਿ ਲੋਕਾਂ ਦੀ ਜ਼ਹਿਨੀयत ਨੂੰ ਕੀ ਹੋ ਗਿਆ ਅੱਜ ਅੱਜ ਤੁਸੀਂ ਵੇਖੋ ਕਿ ਤੁਹਾਡੀ ਜ਼ਹਿਨੀयत ਨੂੰ ਕੀ ਹੋ ਗਿਆ ਹਾਂ ਅਗਲੇ ਨੇ ਫੇਰ ਤਾਂ ਹੁਣ ਰੰਦਾ ਥੋੜੇ ਨੱਕਾ ਤੇ ਆ ਕੇ ਫਿਰਿਆ ਤੁਹਾਨੂੰ ਤੁਹਾਨੂੰ ਤੋਤੇ ਮੂੰਹ ਤੇ ਥੱਪੜ ਪਿਆ ਕਿਉਂਕਿ ਸਰਕਾਰ ਨੇ ਗਲਤੀ ਇਥੋਂ ਦੇ ਪ੍ਰਸ਼ਾਸਨ ਦੀ ਕੀਤੀ ਆ ਉਹ ਬੰਦਾ ਪਤਾ ਕੀ ਕਹਿ ਰਿਹਾ ਸੀ ਜੀ ਮਾਂ ਦੀ ਗਾਲ ਕੱਢ ਕੇ ਕਹਿ ਰਿਹਾ ਸੀਗਾ ਕਿ ਕੋਡ ਆਫ ਕੰਡਕਟ ਲੱਗਾ ਤੇ ਸਾਰੀਆਂ ਪਾਵਰਾਂ ਤੇ ਸੈਂਟਰ ਕੋਲ ਉਸ ਮੂਰਖ ਨੂੰ ਇਹ ਨਹੀਂ ਪਤਾ 14 ਤਰੀਕ ਦਾ ਲੈਟਰ ਆ ਤਰੀਕ ਤੇ ਚੈੱਕ ਕਰ ਬਾਕੀ ਚੋਣਾਂ ਜ਼ਾਬਤਾ ਇਹ ਨਹੀਂ ਹੁੰਦਾ ਕਿ ਸਾਰੀਆਂ ਪ੍ਰਸ਼ਾਸਕੀ ਕਾਰਵਾਈਆਂ ਤੇ ਸਾਰੀਆਂ ਹਰਕਤਾਂ ਤੇ ਲੱਗ ਜਾਂਦਾ ਨਹੀਂ ਅਫਸਰਾਂ ਨੂੰ ਕਿਵੇਂ ਤੁਸੀਂ ਉਹਨਾਂ ਦੇ ਪੈਨੇ ਖੋਲੇ ਅਫਸਰਾਂ ਦੇ ਸਾਰੇ ਕੰਮ ਆਲਦੀ ਗੱਲ ਹੈ ਇਹਨਾਂ ਮੂਰਖਾਂ ਨੂੰ ਇਹਨਾਂ ਚੀਜ਼ਾਂ ਦਾ ਹੀ ਨਹੀਂ ਪਤਾ ਬੇਸਿਕ ਚੀਜ਼ਾਂ ਦਾ ਹੀ ਨਹੀਂ ਪਤਾ ਕਿ ਲੈਟਰ ਦੀ ਤਰੀਖ ਚੈੱਕ ਕਰ ਕੋਡ ਆਫ ਕੰਡਕਟ ਦੀ ਡੇਟ ਚੈੱਕ ਕਰ ਤੇ ਦੂਜਾ ਇਹ ਆ ਕਿ ਚੋਣ ਜਾਬਤਾ ਪਾਰਟੀਆਂ ਤੇ ਲੱਗਦਾ ਨਿਤਾਮਾਂ ਤੇ ਲੱਗਦਾ ਮੰਤਰੀਆਂ ਤੇ ਲੱਗਦਾ ਮੁੱਖ ਮੰਤਰੀ ਤੇ ਲੱਗਦਾ ਪ੍ਰਧਾਨ ਮੰਤਰੀ ਤੇ ਲੱਗਦਾ ਇਹ ਨਹੀਂ ਹੈਗਾ ਕਿ ਸਾਰੇ ਹਮਲੇ ਫੈਲੇ ਤੇ ਲੱਗ ਜਾਂਦਾ ਬਦਲੀਆਂ ਤੇ ਲੱਗਦਾ ਵੱਧ ਤੋਂ ਵੱਧ ਨਿਯੁਕਤੀਆਂ ਤੇ ਲੱਗਦਾ ਇਹ ਨਹੀਂ ਆ ਕਿ OPD ਬੰਦ ਹੋ ਜਾਂਦੀ ਆ ਜੀ ਇਹ ਨਹੀਂ ਹੁੰਦਾ ਕਿ ਇਸ ਤਰ੍ਹਾਂ ਦੇ ਪ੍ਰੋਸੈਸ ਬੰਦ ਹੋ ਜਾਂਦੇ ਆ ਤਾਂ ਸਰਕਾਰ ਨੇ ਜੋ ਗੱਲ ਕਹੀ ਆ ਉਹ ਸਾਫ਼ ਕਰ ਦਿੱਤਾ ਕਿ ਅਸਲ ਦੇ ਵਿੱਚ ਇਹ ਹੁਣ ਸੇਮ ਕਹਾਣੀ ਉਹੀ ਆ ਤੁਹਾਨੂੰ ਯਾਦ ਹੋਣਾ ਜਿਹੜਾ ਕਾਰਾ ਹੋਇਆ ਸੀਗਾ ਜਦੋਂ ਪੰਚਾਇਤੀ ਚੋਣਾਂ ਹੋਈਆਂ ਨੇ ਨਾ ਜੀ ਇਹਨਾਂ ਲਾਣ ਹੋਇਆ ਦੋ ਅਫਸਰ ਸੀ ਉਸ ਵੇਲੇ ਬਸ ਇਹ ਬਲੀ ਆ ਅੱਛਾ ਇਥੇ ਚੋਪੀ ਭਲੀ ਆ ਕਿਉਂਕਿ ਇੱਕ ਅਸਰ ਦੀ ਇਹ ਵੀ ਭਲੀ ਆ ਆ ਕੁਝ ਦਿਨਾਂ ਲਈ ਉਹ ਬਸ ਗੱਲ ਇਹ ਆ ਕਿ ਬਈ ਠੰਡਾ ਤਾਂ ਕਰਨੀ ਆ ਮਾਹੌਲ ਉਹ ਨਾ ਉਹੀ ਆ ਨਾ ਉਹ ਕਹਿੰਦੇ ਨੇ ਕਿ ਜਦ ਆਵਾਮ ਮੇਂ ਗੁੱਸਾ ਹੁੰਦਾ ਹੈ ਤਾਂ ਹਮਾਰਾ ਸਾਹਿਬ ਰੋਦਾ ਹੈ ਉਤਲਾ ਸਾਹਿਬ ਕਈ ਵਾਰ ਰੋ ਪੈਂਦਾ ਤੇ ਜਦੋਂ ਇਥੋਂ ਦਾ ਆਵਾਮ ਗੁੱਸੇ ਹੁੰਦਾ ਸਾਡਾ ਜਿਹੜਾ ਸਾਹਿਬ ਹੈ ਨਾ ਇਹ ਯੂ ਟਰਨ ਮਾਰ ਲੈਂਦਾ ਇਹ ਭੱਜ ਲੈਂਦਾ ਤੇ ਸਿੱਧੂ ਮੂਸੇਵਾਲੇ ਦੇ ਫਾਦਰ ਨੇ ਪਹਿਲਾਂ ਕਿਹਾ ਸੀਗਾ ਕਿ ਤੁਸੀਂ ਯੂ ਟਰਨ ਮਾਰੋਗੇ ਇਹ ਗੱਲ ਉਹਨਾਂ ਨੇ ਕਹੀ ਸੀ ਕਹੀ ਸੀ ਨਾ ਹਾਂ ਵੀ ਮੈਂ ਨਹੀਂ ਪਿੱਛੇ ਤੁਹਾਡੇ ਸਾਹਮਣੇ ਆ ਇਹ ਇਹ ਅੱਜ ਤੁਸੀਂ ਵੇਖੋ ਇਹਨਾਂ ਦੀ ਕੋਈ ਕਸਰਤ ਨਹੀਂ ਆਈ ਟੀ ਟਰੋਲਰਾਂ ਦੀ ਉੱਤੇ ਚੁੱਪ ਕਰਕੇ ਬੈਠ ਕੇ ਕਿਉਂਕਿ ਉਹਨਾਂ ਨੇ ਲੈਟਰ ਕੱਢ ਦਿੱਤਾ ਔਰ ਬਕਾਇਦਾ ਤੌਰ ਤੇ ਲਿਖਿਆ ਕਿ ਤੁਸੀਂ ਚੀਫ ਸੈਕਟਰੀ ਜਾਂ ਮੁੱਖ ਮੰਤਰੀ ਸਾਹਿਬ ਦੀ ਪ੍ਰਵਾਰਗੀ ਤੋਂ ਬਗੈਰ ਇਹ ਕਾਰਵਾਈ ਰੰਮੀ ਕਿਵੇਂ ਸਵਾਲ ਤੇ ਪੈਦਾ ਹੋਏਗਾ ਕਿ ਅਫਸਰशाही ਇੰਨੀ ਬੇਲਗਾਮ ਹੈ ਸੇਤ ਮੰਤਰੀ ਕਿਥੇ ਘਟੋ ਘਟਕ ਸੇਤ ਭਾਗ ਨੇ ਤਾਂ ਧਿਆਨ ਚ ਲਿਆਉਣਾ ਸੀ ਨਾ ਕਿ ਰਾਸ ਨੂੰ ਪੱਤਾ ਤੁਸੀਂ ਤੇ ਉਦੋਂ ਪੰਚਾਇਤ ਮੰਤਰੀ ਤੇ ਦਸਤਖਤ ਤੁਹਾਡਾ ਤੁਹਾਡੀ ਸੀਐਮਓ ਦੀ ਨੋਟਿੰਗ ਉਹਦੇ ਤੋਂ ਵੀ ਤੁਸੀਂ ਤੇ ਪਾਸੇ ਹੋ ਗਏ ਸੋ ਯਾਦ ਹੈ ਇਹ ਮੁੱਕਰ ਕੇ ਐਸਨ ਦੋ ਅਫਸਰਾਂ ਤੇ ਗਾਜ਼ ਦੇ ਕੇ ਤੇ ਮੁੜ ਕੇ ਡਾਕੂਮੈਂਟ ਨਿਕਲ ਆਏ ਜੀ ਕਿ ਨੋਟਿੰਗ ਵੀ ਹੋਈ ਆ ਤੇ ਪੰਚਾਇਤ ਮੰਤਰੀ ਦੇ ਸਾਈਨ ਤੇ ਮੋਹਰ ਵੀ ਲੱਗੀ ਆ ਇੱਕ ਤਾਂ ਟੂਰਿਵਰਚਰ ਇਹਦਾ ਖਰਾਬ ਕਰਤਾ ਸੀਗਾ ਬਾਹਰ ਬੈਠਾ ਬਾਹਰ ਬੈਠਾ ਸੀਗਾ ਸੋ ਇਹ ਗੱਲਾਂ ਨਾ ਕਰਿਆ ਕਰੋ ਇਹ ਗੱਲਾਂ ਨਾ ਕਰਿਆ ਕਰੋ ਦੇਖੋ ਲੀਗਲ ਐਕਸਪਰਟ ਜਿਹੜੇ ਆ ਤੁਸੀਂ ਸਿੰਪਲ ਇਹ ਕਰਦੇ ਕਿ ਭਾਈ ਸਰਕਾਰ ਨੂੰ ਜਵਾਬ ਭੇਜਦੇ ਲਿਖਤੀ ਕਿ ਪਹਿਲੀ ਗੱਲ ਇਹ ਆ ਕਿ ਹਾਲ ਦੀ ਘੜੀ ਜੱਚਾ ਬੱਚਾ ਹਸਪਤਾਲ ਦੇ ਵਿੱਚ ਆ ਅਸੀਂ ਇਲੈਕਸ਼ਨ 'ਚ ਰੁਚੀ ਹੋਈ ਆ ਭਾਈ ਅਜੇ ਸੰਭਵ ਨਹੀਂ ਹੈ ਬਾਕੀ ਜਿਹੜੀ ਕੋਈ ਫਾਰਮੈਲਿਟੀ ਹੈ ਸਾਡਾ ਸਿਹਤ ਡਿਪਾਰਟਮੈਂਟ ਪੂਰੀ ਕਰ ਦੇਗਾ ਕੋਈ ਚੱਕਰ ਨਹੀਂ ਉਹਦੇ 'ਚ ਹੁਣ ਜੇ ਤੁਸੀਂ ਵੇਖੋ ਮੈਂ ਇਹ ਗੱਲ ਐਤਵਾਰ ਤੋਂ ਹੀ ਕਹਿ ਰਿਹਾ ਸੀਗਾ ਕਿ ਭਾਈ ਜਿਹੜਾ ਇਹ ਕਾਨੂੰਨ ਆ ਬਾਹਰਲੇ ਦੇਸ਼ ਤੇ ਲਾਗੂ ਨਹੀਂ ਹੋਣਾ ਸੈਕੰਡ ਚੀਜ਼ ਇਹ ਹੈ ਕਿ ਜਿੱਥੇ ਡਿਲੀਵਰੀ ਹੋਈ ਹੈ ਕੋ ਨਾਰਮਲ ਜੋ ਪ੍ਰੋਸੀਜਰ ਹੁੰਦਾ ਬੱਚੇ ਦੇ ਜਨਮ ਦਾ ਰਜਿਸਟ੍ਰੇਸ਼ਨ ਦਾ ਉਹੀ ਰਹਿਣਾ ਹੈ ਜੀ ਫੂਲਕਾ ਸਾਹਿਬ ਨੇ ਹਵਾਲਾ ਦਿੱਤਾ ਹੁਣ ਫੂਲਕਾ ਸਾਹਿਬ ਤੋਂ ਸਿਆਣੇ ਤੇ ਆਪਾਂ ਵੀ ਆ ਨਹੀਂ ਜੀ ਇਹਨਾਂ ਦੇ ਸਾਥੀ ਰਹੇ ਪੁਰਾਣੇ ਰਹੇ ਇਹਨਾਂ ਦੇ ਪੁਰਾਣੇ ਸਾਥੀ ਰਹੇ ਨੇ ਜੀ ਉਹਨਾਂ ਨੇ ਕੀ ਕਿਹਾ ਉਹਨਾਂ ਨੇ ਕਿਹਾ ਕਿ ਤੁਸੀਂ ਕਿਸੇ ਜੋੜੇ ਤੋਂ ਕੁਐਸਚਨਿੰਗ ਕਰ ਹੀ ਨਹੀਂ ਸਕਦੇ ਜਿਹੜੂ ਪੁੱਛਣਾ ਹੈ ਉਹਨਾਂ ਨੂੰ ਪੁੱਛੋ ਹਸਪਤਾਲ ਬਿਲਕੁਲ ਹਸਪਤਾਲ ਆ ਲਿਆ ਤਾਂ ਤੁਸੀਂ ਰਿਕਾਰਡ ਲੈ ਲਓ ਕਿਉਂਕਿ ਜੇ ਕਿਸੇ ਨੂੰ ਦਾਖਲ ਕੀਤਾ ਉਹਨਾਂ ਪਿਛਲਾ ਰਿਕਾਰਡ ਤੇ ਦੇਖ ਕੇ ਕੀਤਾ ਨਾ ਜੀ ਉਹ ਰਿਕਾਰਡ ਆ ਗਿਆ ਉਹਨਾਂ ਦੇ ਰਿਕਾਰਡ ਚ ਤੇ ਉਹਨਾਂ ਨੇ ਆਪ ਦਾ ਰਿਕਾਰਡ ਨਾਲ ਜੋੜ ਕੇ ਤੁਹਾਨੂੰ ਦੇ ਦਿੱਤਾ ਥੈਟਸ ਇਟ ਕਿ ਡਿਲੀਵਰੀ ਜਿਹੜੀ ਆ ਉਹ ਨਹੀਂ ਰੋਕੀ ਜਾ ਸਕਦੀ ਇਹ ਸਾਰਾ ਕੁਝ ਜਿਹੜਾ ਪਹਿਲਾਂ ਹੀ ਸਾਫ਼ ਸੀਗਾ ਹੁਣ ਜਦੋਂ ਫਸ ਗਏ ਕਸੂਤੇ ਬਈ ਤੁਸੀਂ ਲੀਗਲ ਕਿਸੇ ਬੰਦੇ ਦੀ ਐਕਸਪਰਟ ਦੀ رائے ਲੈਂਦੇ ਉਲਟਾ ਕੇਂਦਰ ਨੂੰ ਭੇਜਦੇ ਕਿ ਬਈ ਤੁਸੀਂ ਕੌਣ ਉਹਨੇ ਪੁੱਛਣ ਵਾਲੇ ਅਸੀਕ ਇਸ ਵਿਹਾਰ ਤੇ ਕਿਸ ਕਾਨੂੰਨ ਦੀ ਧਾਰਾ ਨੂੰ ਇਸਤੇਮਾਲ ਕਰਕੇ ਪੁੱਛਗਿੱਛ ਕਰੀਏ ਬਈ ਸਾਡਾ ਬੱਚਾ ਸਾਡੇ ਇੱਥੇ ਜਨਮ ਹੋਇਆ ਉਹਦਾ ਰਜਿਸਟ੍ਰੇਸ਼ਨ ਹੋਊਗੀ ਠੀਕ ਆ ਜੋ ਹਸਪਤਾਲ ਰਿਕਾਰਡ ਮਾਹੀਆ ਕਰਵਾਏਗਾ ਫਾਈਲ ਚ ਲਾ ਕੇ ਚੋਗਾ ਐਵੇਂ ਇੰਦਰ ਦੀ ਉਧਰ ਗੱਲ ਤੋੜ ਦਿੱਤੀ ਉਹੀ ਗੱਲ ਹੈ ਨਾ ਕਿ ਫਿਰ ਇਹਨਾਂ ਨੂੰ ਮੋੜਾ ਕੱਟਣਾ ਔਖਾ ਹੋ ਜਾਂਦਾ ਵਿਚਾਰੇ ਜਿਹੜੇ ਇੰਨੇ ਔਖੇ ਹੋ ਕੇ ਇਹ ਮਤਲਬ ਕਿ ਇਹਨਾਂ ਦੀ ਮਜਬੂਰੀ ਆ ਇਹ ਉਹਨਾਂ ਲੋਕਾਂ ਚ ਹੋ ਚੁੱਕੇ ਆ ਵੀ ਜੇ ਭਗਵੰਤ ਮਾਨ ਕਹੇ ਨਾ ਕਿ ਬਈ ਇਹ ਜਿਹੜਾ ਮੀ ਆ ਮੀ ਨੇ ਇਤਜ਼ਾਬ ਤੋਂ ਵਰਨ ਡਿਆ ਇਹਨਾਂ ਨੇ ਤਾਂ ਵੀ ਕਹੀ ਜਾਣਾ ਵੇਖਿਆ 70 ਸਾਲਾਂ ਚ ਕਦੇ ਹੋਇਆ ਹੀ ਆਈ ਮਾਨ ਸਾਹਿਬ ਨੇ ਤਜਾਬ ਵਾਲਾ ਵੀ ਪਵਾਤਾ ਇਹ ਨਹੀਂ ਵੇਖਣਾ ਮੂਰਖਾ ਨੇ ਵੀ ਤਜਾਬ ਨੇ ਛੱਡ ਨਹੀਂ ਕੱਖ ਨਹੀਂ ਇਹਨਾਂ ਨੇ ਉਹਨੂੰ ਵੀ ਕਹੀ ਜਾਣਾ ਪਾਣੀ ਨੂੰ ਵੀ ਇਤਜ਼ਾਬ ਆ ਮੁੱਖ ਮੰਤਰੀ ਦੀਆਂ ਤੇ ਗੱਲਾਂ ਹੀ ਤਾਂ ਦੀਆਂ ਨੇ ਜੀ ਫਿਰ ਇਹ ਗੱਲ ਵੀ ਹੈ ਫਿਰ ਤੁਸੀਂ ਕੇਂਦਰ ਦੇ ਜਿੰਨੇ ਪੱਤਰ ਆਉਂਦੇ ਆ ਉਹਨਾਂ ਤੇ ਨਾਲ ਦੀ ਨਾਲ ਫੌਰੀ ਕਾਰਵਾਈ ਕਰਦੇ ਨੇ ਕੱਲ ਵੀ ਇਹ ਗੱਲ ਕੀਤੀ ਸੀ ਕਿ ਫਿਰ ਪੱਤਰ ਤੇ ਤੁਹਾਨੂੰ ਰਾਜਪਾਲ ਵੀ ਲਿਖਦਾ ਜੀ ਉਹਦੀਆਂ ਚਿੱਠੀਆਂ ਦਾ ਜਵਾਬ ਤੇ ਤੁਸੀਂ ਸ਼ਮਾਈ ਤਮਾਈ ਦਿੰਦੇ ਜੇ ਤੇ ਜੇ ਫਰਜ਼ ਕਰੋ 4 ਦਿਨ ਲੇਟ ਹੋ ਜਾਂਦੇ ਤਾਂ ਤੁਹਾਨੂੰ ਕੋਈ ਫਾਇਦਾ ਥੋੜਾ ਲਾ ਦੇਣਾ ਸੀਗਾ ਵੱਤੋ ਵੱਤ ਰੈਂਟਰ ਲੈਟਰ ਆ ਜਾਂਦਾ ਕਿ ਬਈ ਦੇ ਵਿੱਚ ਰਿਪਲਾਈ ਨਹੀਂ ਫਾਈਲ ਕੀਤਾ ਜੀ ਜੇ ਤੁਸੀਂ ਤੁਸੀਂ ਇੱਥੇ ਇੰਨੇ ਵਕੀਲ ਰੱਖੇ ਨੇ ਸਰਕਾਰੀ ਆ ਤੁਹਾਡੇ ਲੀਗਲ ਐਕਸਪਰਟ ਨੇ ਏਡੇ ਤਗੜੇ ਬਿਊਰੋਕ੍ਰੇਟ ਨੇ ਤੁਸੀਂ ਚੀਜ਼ਾਂ ਨੂੰ ਖੰਗਾਲੂ ਤੇ ਸਹੀ ਜੀ ਅਸੀਂ ਵਾਰ-ਵਾਰ ਕਹਿੰਦੇ ਸੀ ਕਿ ਇਹ ਇਸ ਤਰ੍ਹਾਂ ਨਹੀਂ ਹੈਗਾ ਜੀ ਕਿਉਂਕਿ ਤੁਹਾਡਾ ਕਾਨੂੰਨ ਬਈ ਕਿਸੇ ਦੇਸ਼ 'ਚ ਲਾਗੂ ਨਹੀਂ ਹੁੰਦਾ ਤੇ ਜੇ ਪ੍ਰੈਗਨੈਂਸੀ ਹੋਈ ਆ ਉਹਦੀ ਡਿਲੀਵਰੀ ਇੱਥੇ ਹੋਣੀ ਹੋਣੀ ਆ ਬਹੁਤ ਸਾਰੇ ਜੋੜੇ ਕਰਵਾਉਂਦੇ ਆ ਮੈਂ ਅੱਗੇ ਵੀ ਤੁਹਾਨੂੰ ਦੱਸਿਆ ਸੀਗਾ ਕਿ ਜੇ ਇੱਥੇ ਛੋਟ ਲੈਣੀ ਆ ਤਾਂ ਤੁਸੀਂ ਹਾਈ ਕੋਰਟ ਸੁਪਰੀਮ ਕੋਰਟ 'ਚੋਂ ਜਾ ਕੇ ਲੈ ਵੀ ਸਕਦੇ ਹੋ ਪਰ ਗੱਲ ਕੀ ਹੈ ਕਿ ਲੋਕ ਇਸ ਝੰਜਟ 'ਚ ਨਹੀਂ ਪੈਂਦੇ ਬਹੁਤ ਸਾਰੇ ਲੋਕ ਜਾਂਦੇ ਆ ਬਾਹਰ ਜਿੱਥੇ ਕਾਨੂੰਨ ਖੁੱਲ ਦਿੰਦਾ ਉਥੋਂ ਆਪਣੇ ਗਰਭ ਧਾਰਨ ਕਰਕੇ ਡਿਲੀਵਰੀ ਇੱਥੇ ਕਰਵਾ ਲੈਂਦੇ ਆ ਬਸ ਕੋਈ ਦੇ ਰੌਲਾ ਨਹੀਂ ਪਿਆ ਪਰ ਇਸ ਮਾਮਲੇ 'ਚ ਭਾਜਪਾ ਨੇ ਵੀ ਮੈਨੂੰ ਲੱਗਦਾ ਕਿ ਇਹਨਾਂ ਨੂੰ ਉਲਝਾ ਲਿਆ ਅਸਲ ਦੇ ਵਿੱਚ ਨਾ ਇਹ ਲਾਣਾ ਜਿਹੜਾ ਹੈ ਇਹ ਜ਼ਿਆਦਾ ਬੋਲਣਯੋਗ ਆ ਬੜਬੋਲਿਆਂ ਦਾ ਹੀ ਆ ਜੀ ਮਤਲਬ ਕਿ ਭਾਜਪਾ ਨੇ ਉਹ ਚਿੱਠੀ ਕੱਢੀ ਇਹਨਾਂ ਨੂੰ ਆਪੇ ਇਹਨਾਂ ਦਾ ਜਿਹੜਾ ਸੀ ਕੰਮ ਕਸੂਤਾ ਹੋ ਗਿਆ ਉਸ ਚਿੱਠੀ ਨੂੰ ਸਮਝ ਲੈਂਦੇ ਕਾਨੂੰਨ ਨੂੰ ਸਮਝ ਲੈਂਦੇ ਤੇ ਇਹਨਾਂ ਰੌਲਾ ਪੈਣਾ ਹੀ ਨਹੀਂ ਸੀਗਾ ਮਾਨ ਸਾਹਿਬ ਜੀ 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 ਫੈਮਲੀ ਗਾਈ ਕਹਿੰਦੇ ਪਏ ਜੀ ਇਹ ਮੂਸੇ ਵਾਲਾ ਦੀ ਲੇਗਸੀ ਨੂੰ ਜਿਹੜਾ ਉਹ ਖਰਾਬ ਕਰਦੇ ਪਏ ਆ ਲੇਗਸੀ ਨੂੰ ਤੇ ਇਸ ਦੇ ਨਾਲ ਉੱਪਰਲੇ ਪਾਸੇ ਗੁਰਵਿੰਦਰ ਜੀ ਆ ਉਹ ਕਹਿੰਦੇ ਪਏ ਨੇ ਜੀ ਕਹਿੰਦੇ ਕਿ ਮਿੰਟੂ ਜੀ ਅ ਭਾਈ ਇਹਦੇ ਵਿੱਚ ਜਵਾਬ ਦਿੱਤਾ ਜਾ ਸਕਦਾ ਸੀ ਪਰ ਥੋੜਾ ਸਮਾਂ ਲੱਗ ਜਾਂਦਾ ਤੇ ਪਰ ਅਫਸਰ ਨੇ ਕੀ ਕੀਤਾ ਕਹਿੰਦੇ ਕਿ ਭਾਈ ਗੁੱਡ ਬੁੱਕ 'ਚ ਆਉਣ ਵਾਸਤੇ ਕਰ ਲਿਆ ਗੁੱਡ ਬੁੱਕ ਦਾ ਤਾਂ ਪਤਾ ਨਹੀਂ ਭਾਈ ਗੁੱਡ ਬੁੱਕ ਜਾਂ ਬੈਡ ਬੁੱਕ ਸੀਗੇ ਪਰ ਸਰਵਿਸ ਬੁੱਕ 'ਚ ਰਿਕਾਰਡ ਚੱਲ ਗਿਆ ਜੀ ਹਾਂ ਜੀ ਹੁਣ ਸਰਵਿਸ ਸਰਵਿਸ ਬੁੱਕ 'ਚ ਰਿਕਾਰਡ ਚੱਲ ਗਿਆ ਛੱਡ ਗਿਆ ਬਿਲਕੁਲ ਤੁਸੀਂ ਰਿਕਾਰਡ ਮੈਂ ਕਹਿੰਨਾ ਕਿ ਕੋਈ ਬੰਦਾ ਨਾ ਕਰ ਸਕਦਾ ਜੀ ਮਾਨ ਸਾਹਿਬ ਤੁਹਾਡੇ ਤੋਂ ਕੋਈ ਡਾਕੂਮੈਂਟ ਮੰਗਿਆ ਜਾਂਦਾ ਹੈ ਕਿਸੇ ਵੀ ਪ੍ਰੋਸੀਜਰ 'ਚ ਤੁਸੀਂ ਨਾ ਕਰ ਸਕਦੇ ਹੋ ਤੁਸੀਂ ਕਦੇ ਨਾ ਨਹੀਂ ਕਰੋਗੇ ਤੁਹਾਨੂੰ ਵੀ ਪਤਾ ਹੈ ਫਿਰ ਬਲਕੌਰ ਸਿੰਘ ਦਾ ਦਾਵਾ ਇਹ ਸੀਗਾ ਕਿ ਭਾਈ ਮੈਂ ਤੇ ਮਾਨਸਾ ਸਿਵਲ ਹਸਪਤਾਲ ਚ ਸਾਰੀ ਗੱਲ ਜਿਹੜੀ ਆ ਉੱਥੇ ਦਰਜ ਕਰਵਾਇਆ ਜੀ ਤਾਂ ਪਹਿਲੀ ਗੱਲ ਤੇ ਇਹ ਆ ਕਿ ਜਿਹੜਾ ਅਫਸਰ ਸੀ ਉਹਨੂੰ ਚਾਹੀਦਾ ਸੀਗਾ ਕਿ ਮਾਨਸਾ ਦੇ ਜਿਹੜੇ ਸੀਐਮਓ ਸਾਹਿਬ ਹੁੰਦੇ ਆ ਜਾਂ ਜਿਹੜੇ ਸਿਵਲ ਸਰਜਨ ਹੋਣਗੇ ਤੁਸੀਂ ਉਹਨਾਂ ਨਾਲ ਰابطਾ ਕਰੋ ਉਹਨਾਂ ਨੂੰ ਕਹੋ ਕਿ ਭਾਈ ਤੁਸੀਂ ਪਰਿਵਾਰ ਵਾਲਿਆਂ ਨਾਲ ਰابطਾ ਕਰਕੇ ਸਾਡਾ ਕੋ ਡਾਕੂਮੈਂਟ ਅੱਜਕੱਲ WhatsApp ਤੇ ਆ ਜਾਂਦੇ ਪਤਾ ਹੈ ਨਾ ਇਸ ਕੱਲ ਦਾ ਜੀ ਆਪਾਂ ਬਹੁਤ ਸਾਰੀ ਜਾਣਕਾਰੀ ਬਹੁਤ ਸਾਰੀਆਂ ਫਾਈਲਾਂ ਇਧਰੋਂ ਉਧਰੋਂ ਆਪਾਂ WhatsApp ਰਾਹੀਂ ਕਰਦੇ ਆਂ ਅੱਜਕੱਲ ਈਮੇਲ ਵੀ ਬਹੁਤ ਘੱਟ ਇਸਤੇਮਾਲ ਹੁੰਦਾ ਆਪਾਂ ਵੀ ਕਰਦੇ ਆਂ ਈਵਨ ਸਰਕਾਰੀ ਦਫ਼ਤਰਾਂ ਦੇ ਵਿੱਚ ਵੀ ਇਦਾਂ ਹੁੰਦਾ ਮੈਂ ਤੁਹਾਨੂੰ ਇੱਕ ਛੁਟਕੀਆਂ ਦਾ ਕੰਮ ਹੈ ਜੀ ਕਿ ਤੁਸੀਂ ਕਿਸੇ ਨੂੰ ਵੀ ਕਹੋ ਕਿ ਹਾਂ ਜੀ ਉਹ ਜਿਹੜਾ ਲੋਕਲ ਅਫਸਰ ਹੈ ਉਹਦੀ ਡਿਊਟੀ ਲਾ ਦਿਓ ਉਹ ਰਾਬਤਾ ਕਰਕੇ ਕਿ ਹਾਂ ਜੀ ਤੁਸੀਂ ਮੈਨੂੰ ਮੋਬਾਈਲ ਤੇ ਰਿਕਾਰਡ ਭੇਜ ਦਿਓ ਡਾਕਟਰਾਂ ਨੇ ਰਿਕਾਰਡ ਭੇਜ ਦੇਣਾ ਸੀਗਾ ਮੇਰੇ ਖਿਆਲ ਦੇ ਨਾਲ ਚਲੋ ਬਲਕੌਰ ਸਿੰਘ ਸਿੱਧੂ ਦੀ ਗੱਲ ਵੀ ਛੱਡ ਦਿਓ ਕਿ ਕੋਈ ਡਾਕਟਰ ਜਿਸਨੇ ਹਸਪਤਾਲ ਚਲਾਉਣਾ ਬਠਿੰਡੇ ਵਰਗੇ ਸਿਟੀ ਚ ਕੀ ਉਹ ਨਾ ਕਰ ਸਕਦਾ ਇਨਕਾਰੀ ਹੋ ਸਕਦਾ ਤਾਂ ਮਤਲਬ ਕਿ ਇਹ ਚੀਜ਼ ਗਲਤ ਹੋਈ ਹੁਣ ਕਿੱਥੋਂ ਹੋਈ ਹੈ ਤੇ ਇਹ ਲੱਭਣ ਇਹਨਾਂ ਨੇ ਤਾਂ ਨੋਟਸ ਕੱਢਿਆ ਕੱਪ ਸਾਨੂੰ ਪਰ ਮੇਰਾ ਮੰਨਣਾ ਹੈ ਕਿ ਸਰਕਾਰ ਦੇ ਵਿੱਚ ਵਾਰ-ਵਾਰ ਇਸ ਤਰ੍ਹਾਂ ਦੇ ਜਦੋਂ ਫੈਸਲੇ ਲੈ ਜਾਂਦੇ ਟਰੋਲ ਵਾਲੇ ਤਾਂ ਚਲੋ ਛੱਡੋ ਇਹਨਾਂ ਦਾ ਕੀ ਹੈ ਦੋ ਦਿਨ ਮੰਜਾ ਖੱਟਾ ਕਰਕੇ ਖੱਟਾ ਖਾ ਕੇ ਬੈਠੇ ਰਹਿੰਦੇ ਫਿਰ ਤੀਜੇ ਦਿਨ ਲੱਗ ਪੈਂਦੇ ਆ ਕੇ ਫੇਸਬੁੱਕ ਤੇ ਇਹਨਾਂ ਨੂੰ ਛੱਡੋ ਪਰ ਸਰਕਾਰ ਦਾ ਜਿਹੜਾ ਇਸ ਤਰ੍ਹਾਂ ਦਾ ਕਹ ਲਓ ਕਿ ਰਵਈਆ ਹੁੰਦਾ ਹੈ ਜਾਂ ਇਸ ਤਰ੍ਹਾਂ ਦਾ ਕੰਮ ਕਰਨ ਦਾ ਢੰਗ ਹੁੰਦਾ ਹੈ ਨਾ ਕਈ ਵਾਰ ਉਹ ਜਿਹੜੀ ਤੁਹਾਡੀ ਸ਼ਵੀ ਹੁੰਦੀ ਹੈ ਸਰਕਾਰ ਦੀ ਕਾਰਕਰਦਗੀ ਹੁੰਦੀ ਹੈ ਨਾ ਉਹਦੇ ਤੇ ਗ੍ਰਹਿਣ ਲੱਗਦਾ ਫਿਰ ਜੀ 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 ਕਮਲਦੀਪ ਸਿੰਘ ਜੀ ਨਾਂ ਤਾਂ ਤੁਹਾਡਾ ਪਿੱਛੇ ਸੀ ਸਿੰਘ ਲਾਇਆ ਹੋਇਆ ਤੇ ਪਰ ਸਰਦਾਰ ਸਾਹਿਬ ਕਹਿੰਦੇ ਪੱਤਰਕਾਰੀ ਦੇ ਨਾਂ ਤੇ ਤੁਸੀਂ ਕਲੰਕੋ ਬਾਈ ਤੇ ਕਲੰਕ ਬਾਈ ਕਿਹਦੇ ਲੱਗਿਆਗਾ ਉਹ ਪਤਾ ਹੀ ਹੋਣਾ ਕਿ ਸੋਸ਼ਲ ਮੀਡੀਆ ਦੇ ਉੱਤੇ ਜੋ ਕੁਝ ਚੱਲਦਾ ਪਿਆ ਨਾ ਸਾਰਾ ਕੁਝ ਸਾਹਮਣੇ ਆ ਸ਼ੀਸ਼ਾ ਤੁਹਾਡੇ ਸਾਹਮਣੇ ਆ ਚਾਹੇ ਸ਼ੀਸ਼ੇ 'ਚ ਟੱਕਰ ਮਾਰ ਲਓ ਚਾਹੇ ਤੁਸੀਂ ਸ਼ੀਸ਼ਾ ਜਿਹੜਾ ਦੇਖ ਕੇ ਅਸਲੀਅਤ ਸਮਝ ਲਓ ਇਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਕੀ ਕਰਨਾ ਕੀ ਨਹੀਂ ਕਰਨਾ ਇਸ ਦੇ ਨਾਲ ਮੈਂ ਕੋਈ ਕਮੈਂਟ ਇਹ ਸਮਾਂ ਤੈ ਕਰੇਗਾ ਕਿ ਕਲੰਕ ਕੌਣ ਆ ਜੀ ਤੇ ਉਦੋਂ ਨੂੰ ਤੁਸੀਂ ਨਾਂ ਬਦਲ ਕੇ ਕੋਈ ਆਈਡੀ ਹੋਰ ਬਣਾ ਲੈਣੀ ਆ ਜੀ ਇਹ ਵੀ ਮੇਰੀ ਗੱਲ ਯਾਦ ਰੱਖਿਓ ਇਹ ਵੀ ਗੱਲ ਠੀਕ ਹੈ ਤੁਹਾਨੂੰ ਫੈਕਟ ਰੱਖੋ ਵੀਰੇ ਕੋਈ ਕੋਈ ਤੱਥ ਰੱਖੋ ਜੀ ਇਹ ਕਿਉਂ ਹੈ ਲਾਹਨਤ ਲਾਹਨਤ ਸ਼ਬਦ ਮਤਲਬ ਕਿ ਉਹਨੂੰ 10 ਗੁਣਾ ਕਰਕੇ ਤੇ ਹੁਣ ਫੇਰ ਬੋਲਿਆ ਜਾ ਸਕਦਾ ਜਨਮ ਜੀ ਵਧਾਈ ਚ ਉਹਨੂੰ 100 ਗੁਣਾ ਕਰਕੇ ਫੇਰ ਮੋੜਿਆ ਜਾ ਸਕਦਾ ਤੁਹਾਨੂੰ ਜੀ ਤੱਕੀ ਫਾਇਦਾ ਹੁੰਦਾ ਜੀ ਜੀ